ਗੱਲ ਮੁੱਦਿਆਂ 'ਤੇ ਹੋਣੀ ਚਾਹੀਦੀ ਹੈ। ਇੱਥੇ ਕੋਈ ਆ ਨਹੀਂ ਚੱਲਦਾ ਪਿਆ ਕਿ ਮੈਂ ਆਪਣੀ ਬੱਲੇ ਬੱਲੇ ਕਰਾ ਲਾਂ, ਤੂੰ ਆਪਣੀ ਬੱਲੇ ਬੱਲੇ ਕਰਾ ਲਈ। ਬੱਲੇ ਬੱਲੇ 'ਚ ਕੁਛ ਨਹੀਂ ਪਿਆ, ਬੱਲੇ ਬੱਲੇ ਵਾਲੇ ਤੁਸੀਂ ਦੇਖ ਲਏ, ਬੱਲੇ ਬੱਲੇ ਵਾਲਿਆਂ ਦੇ ਘਰਾਂ ਦੇ ਬਾਹਰ ਲੋਕਾਂ ਨੇ ਤਾਲੇ ਲਾ ਤੇ। ਭਾਵੇਂ BJP ਵਾਲੇ ਹੋਣ, ਭਾਵੇਂ ਜਿਹੜਾ ਕਾਂਗਰਸੀ ਹੋਣ, ਲੋਕਾਂ ਦੇ ਤਰਲੇ ਮਾਰਦੇ ਫਿਰ। ਔਰ ਨੁਮਾਇੰਦੇ ਜਿਹੜੀਆਂ ਆਪਣੀਆਂ ਗੱਲਾਂ ਕਰ ਰਹੇ ਕਿ ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਮੈਂ ਉਹਨਾਂ ਨੂੰ ਉਦੋਂ ਵੀ ਸਵਾਲ ਕੀਤਾ ਕਿ ਜੇਕਰ ਉਹਨਾਂ ਨੇ ਇੰਨਾ ਕੁਛ ਕੀਤਾ ਤਾਂ ਫਿਰ ਤੁਹਾਡੀ ਸਰਕਾਰ ਕਿਉਂ ਨਹੀਂ ਆਈ? ਕੀ ਕਹਿੰਦੀ ਹੈ ਜਨਤਾ ਦੇ ਵਿੱਚ, ਤੁਹਾਡਾ ਸਵਾਗਤ ਹੈ ਤੇ ਜਲੰਧਰ ਦੇ ਲੋਕਾਂ ਦੇ ਨਾਲ ਮੌਜੂਦ ਹਾਂ, ਗੱਲਬਾਤ ਕਰਾਂਗੇ ਕਿ ਲੋਕ ਸਭਾ ਚੋਣਾਂ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ। ਸਾਡੇ ਨਾਲ ਰੂਬਲ ਜੀ ਵੀ ਮੌਜੂਦ ਹੈ। ਰੂਬਲ ਜੀ, ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕੀ ਦੇਖ ਕੇ ਆਪਣੀ ਵੋਟ ਜਿਹੜੀ ਪਾਉਣੀ ਚਾਹੀਦੀ ਹੈ? ਦੇਖੋ, ਪਹਿਲੇ 75 ਸਾਲਾਂ ਤੋਂ ਰਵਾਇਤੀ ਪਾਰਟੀਆਂ ਪੰਜਾਬ ਨੂੰ ਠੱਗਦੀਆਂ ਆ ਰਹੀਆਂ, ਹਿੰਦੁਸਤਾਨ ਨੂੰ ਠੱਗ ਮਾਰਿਆ। ਕਿਤੇ ਵੀ ਜਿਹੜਾ ਬੇਸਿਕ ਸਹੂਲਤ ਨਹੀਂ ਦਿੱਤੀ ਆਮ ਲੋਕਾਂ ਨੂੰ, ਜੇ ਸਹੂਲਤਾਂ ਦਿੱਤੀਆਂ ਉਹ ਸਹੂਲਤਾਂ ਕਿਸੇ ਕੰਮ ਦੀਆਂ ਨਹੀਂ ਦਿੱਤੀਆਂ। ਉੱਤੋਂ ਪੰਜਾਬ ਦੇ ਲੋਕਾਂ ਨਾਲ ਜਿਹੜਾ ਧੱਕਾ ਕੀਤਾ ਇੱਥੇ ਰਵਾਇਤੀ ਪਾਰਟੀਆਂ ਨੇ, ਉਹਦਾ ਜਿਹੜਾ ਮੂੰਹ ਤੋੜ ਜਵਾਬ ਇਸ ਵਾਰੀ ਪੰਜਾਬ ਦੀ ਜਨਤਾ, ਹਿੰਦੁਸਤਾਨ ਦੀ ਜਨਤਾ ਸੈਂਟਰ ਗੌਰਮੈਂਟ ਨੂੰ ਦੇਣ ਜਾ ਰਹੀ ਹੈ। ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗ ਜਾਣਾ ਕਿ ਲੋਕ ਜਿਹੜੇ ਆ ਕਿੰਨੇ ਕੁ ਸਿਆਣੇ ਹੋ ਗਏ ਹੈ, ਕਿਉਂਕਿ ਹੁਣ ਜਿਹੜਾ ਲੋਕਾਂ ਨੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਵੋਟ ਨਹੀਂ ਪਾਉਣੀ, ਉਹਨਾਂ ਨੇ ਕੰਮਾਂ ਨੂੰ ਵੋਟ ਪਾਉਣੀ ਹੈ। ਔਰ ਜੋ ਆਮ ਆਦਮੀ ਪਾਰਟੀ ਸਰਕਾਰ ਨੇ, ਸਰਦਾਰ ਭਗਵੰਤ ਮਾਨ ਸਾਹਿਬ ਨੇ, ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜੀ ਨੀਤੀਆਂ 'ਤੇ ਕੰਮ ਕੀਤਾ ਪੂਰੇ ਪੰਜਾਬ ਦੇ ਵਿੱਚ, ਪੂਰੇ ਦਿੱਲੀ ਦੇ ਵਿੱਚ, ਉਹਨਾਂ ਤੋਂ ਲੋਕ ਖੁਸ਼ ਨੇ। ਔਰ ਉਹਨਾਂ ਨੇ ਖੁਸ਼ ਹੋ ਕੇ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਜਿਹੜਾ ਬੀੜਾ ਚੁੱਕ ਲਿਆ। ਤੁਸੀਂ ਦੇਖੇ ਹੋਣੇ ਆ ਜਲੰਧਰ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਮਾਨ ਸਾਹਿਬ ਆਏ ਹੈ, ਇਹਨਾਂ ਨੇ ਤਕੜੇ ਰੋਡ ਸ਼ੋਅ ਹੋਏ ਨੇ। ਉਹ ਭਾੜੇ 'ਤੇ ਖਰੀਦੇ ਹੋਏ ਬੰਦੇ ਨਹੀਂ ਸੀ, ਉਹ ਬੰਦੇ ਸੀ ਜਿਹੜੇ ਆਪਣੇ ਆਪ ਘਰਾਂ ਦੇ ਵਿੱਚੋਂ ਨਿਕਲ ਕੇ ਆਏ, ਮਾਨ ਸਾਹਿਬ ਦੇ ਕੰਮ ਨੂੰ ਪਸੰਦ ਕਰਕੇ ਆਪਣੇ ਘਰਾਂ 'ਚੋਂ ਨਿਕਲੇ। ਅੱਜ ਉਹ ਲੋਕਾਂ ਨੇ ਜਿਹੜਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ, ਔਰ ਇਹਨਾਂ ਨੂੰ ਦੱਸਣਾ, ਇਹਨਾਂ ਦੀ ਔਕਾਤ ਦਿਖਾਣੀ ਹੈ ਇਹਨਾਂ ਨੂੰ ਕਿ ਜਿਹੜੇ ਏਸੀਆਂ ਵਾਲੀ ਗੱਡੀਆਂ 'ਚ ਬਹਿ ਕੇ ਔਰ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਜਿਹੜੇ ਹੁਕਮ ਦਿੰਦੇ ਸੀ, ਇਹਨਾਂ ਨੂੰ ਵਰਕਰ ਬਣਾ ਕੇ ਛੱਡਾਂਗੇ ਆਪਾਂ। ਬਿਲਕੁਲ। ਹੋਰ ਵੀ ਨੌਜਵਾਨ ਸਾਡੇ ਨਾਲ ਮੌਜੂਦ ਹੈ, ਕੀ ਨਾਮ ਤੁਹਾਡਾ? ਦੀਪਕ ਅਰੋੜਾ ਜੀ। ਦੀਪਕ ਜੀ, ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਲੋਕ ਸਭਾ ਚੋਣਾਂ? ਲੋਕ ਸਭਾ ਚੋਣਾਂ ਜੀ, ਇਸ ਵਾਰ ਜਲੰਧਰ 'ਚ ਕੁਛ ਵੱਖਰਾ, ਜੋ ਪਿਛਲੀ ਵਾਰ ਸਾਰੇ ਲੋਕਾਂ ਨੇ ਮਿਲ ਕੇ ਇੱਕ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਜਿਤਾਇਆ, ਵਿਸ਼ਵਾਸ ਕੀਤਾ ਔਰ ਮੌਕਾ ਦਿੱਤਾ, ਉਮੀਦ ਹੈ ਔਰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਵੀ ਲੋਕ ਪੂਰਾ ਹੁਮ ਹੁਮਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਲੈ ਕੇ ਆਉਣਗੇ। ਔਰ ਭਗਵੰਤ ਸਿੰਘ ਮਾਨ ਜੀ, ਜੇ ਜਲੰਧਰ ਦੀ ਗੱਲ ਕਰੀਏ, ਜਲੰਧਰ 'ਚ ਕਿਹੜੇ ਕਿਹੜੇ ਕੰਮ ਜਿਹੜੇ ਹੋਣ ਵਾਲੇ ਨੇ? ਜਲੰਧਰ 'ਚ ਜੀ ਬਹੁਤ ਸਾਰੇ ਇੱਦਾਂ ਦੇ ਕੰਮ ਹੈ। ਚਲੋ, ਬੜੇ 2-3 ਸਾਲਾਂ ਦੇ ਵਿੱਚ ਪਾਰਟੀ ਨੇ ਬਹੁਤ ਕੁਛ ਕੀਤਾ ਵੀ ਹੈ, ਬੜੇ ਤਰ੍ਹਾਂ ਦੇ ਬਦਲਾਵ ਆਏ ਵੀ ਨੇ ਅਤੇ ਅੱਗੋਂ ਤੋਂ ਅੱਗੋਂ ਆਮ ਜਨਤਾ ਨਾਲੋਂ ਪਾਰਟੀ ਵਾਲਿਆਂ ਨੂੰ ਵੱਧ ਪਤਾ ਹੁੰਦਾ ਵੀ ਕੀ ਕਰਨ ਵਾਲਾ, ਔਰ ਜ਼ਿਆਦਾ ਜੋ ਵੀ ਹੋਏਗਾ ਪਾਰਟੀ ਸਭ ਜੋ ਵੀ ਕਰੇਗੀ ਬਹੁਤ ਵਧੀਆ ਕਰੇਗੀ। ਕਿਹਨੂੰ ਵੋਟ ਕਾਸਟ ਕਰੂੰਗਾ ਤੁਸੀਂ? ਆਮ ਆਦਮੀ ਪਾਰਟੀ ਨੂੰ ਹੀ ਕਰਾਂਗੇ ਜੀ, ਆਮ ਆਦਮੀ ਪਾਰਟੀ ਨੂੰ ਕਰਾਂਗੇ। ਆ ਜਾਓ ਤੁਸੀਂ, ਆ ਜਾਓ ਅੱਗੇ, ਆ ਜਾਓ ਆ ਜਾਓ ਆ ਜਾਓ, ਕੋਈ ਗੱਲ ਨਹੀਂ। ਕੀ ਨਾਮ ਕੀ ਹੈ ਤੁਹਾਡਾ? ਨਵੀਨ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਉਜਾਲਾ ਨਗਰ ਦੇ। ਉਜਾਲਾ ਨਗਰ ਦੇ। ਕਿੰਨਾ ਕੁ ਵਿਕਾਸ ਦਾ ਕੰਮ ਹੋਇਆ? ਬਹੁਤ ਜ਼ਿਆਦਾ ਵਿਕਾਸ ਦਾ ਕੰਮ ਹੋ ਚੁੱਕਿਆ ਹੈ, ਜੋ ਕਿ ਆਮ ਆਦਮੀ ਪਾਰਟੀ ਨੂੰ ਦੇ ਨਾਲ। ਸ਼ਰਮਾਉਂਦੇ ਕਿਉਂ? ਵੋਟ ਪਾਉਣਾ ਸਾਡਾ ਹੱਕ ਹੈ, ਆਪਣੇ ਸਵਾਲ ਕਰਨੇ ਵੀ ਸਾਡਾ ਹੱਕ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਲੀਡਰ ਆਵੇ ਉਸ ਨੂੰ ਸਵਾਲ ਕਰਨੇ ਚਾਹੀਦੇ। ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੁਹਾਡੇ ਕੋਲ ਆਣ ਕੇ ਉਹਨਾਂ ਨੂੰ ਕੀ ਸਵਾਲ ਕਰੋਗੇ ਤੁਸੀਂ? ਜਿਹੜੇ ਵੱਖ-ਵੱਖ ਆਣਗੇ ਜੀ, ਉਹਨਾਂ ਨੂੰ ਇਹ ਸਵਾਲ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਦੀ ਆਪਾਂ ਵੋਟ ਪਾਈਏ, ਕਿ ਤੁਸੀਂ ਕੰਮ ਕੋਈ ਬਾਕੀ ਵੀ ਕੰਮ ਵੀ ਨਹੀਂ ਕੀਤਾ ਹੈਗਾ। ਜਦੋਂ ਵੀ ਆਉਂਦੇ ਆ ਵੋਟ ਮੰਗਣ ਆ ਜਾਂਦੇ ਆ, ਕੋਈ ਕੰਮ ਕਰਦੇ ਹੈ ਨਹੀਂ। ਆਮ ਆਦਮੀ ਪਾਰਟੀ ਨੇ ਸਾਰੇ ਕੰਮ ਕੀਤੇ ਆ, ਮੁਹੱਲਾ ਕਲੀਨਿਕ ਖੋਲ੍ਹੇ ਆ, ਦਵਾਈਆਂ ਫਰੀ ਮਿਲਦੀਆਂ ਪਈਆਂ, ਮੈਂ ਜਾਂਦੇ ਹਾਂ ਸਰਕਾਰੀ ਸਕੂਲੇ ਵੀ ਇਹ ਖੋਲ ਹੈ, ਸਾਰਾ ਕੁਛ ਕੀਤਾ। ਸਵਾਲ ਕਰੂੰਗੇ? ਹਾਂਜੀ ਬਿਲਕੁਲ, ਨੌਜਵਾਨਾਂ ਦਾ ਕਹਿਣਾ ਕਿ ਸਵਾਲ ਕਰਾਂਗੇ। ਆ ਜਾਓ ਆ ਜਾਓ ਆ ਜਾਓ, ਕੋਈ ਦਿੱਕਤ ਨਹੀਂ। ਕੀ ਨਾਂ ਕੀ ਆਪਣਾ? ਮੇਰਾ ਕਰਨ ਬਾਦਲ। ਕਰਨ ਜੀ, ਕਿਹੜੇ ਇਲਾਕੇ 'ਚ ਰਹਿੰਦੇ ਹੋ? ਜਲੰਧਰ। ਜਲੰਧਰ ਕੈਂਟ 'ਚ। ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਕੋਈ ਵੀ ਲੀਡਰ ਆਵੇ ਉਸ ਨੂੰ ਸਵਾਲ ਜ਼ਰੂਰ ਕਰੋ। ਵੱਖ-ਵੱਖ ਪਾਰਟੀਆਂ ਦੇ ਲੀਡਰ ਤੁਹਾਡੇ ਕੋਲ ਆਣਗੇ, ਸਵਾਲ ਕਰੂੰਗੇ ਉਹਨਾਂ ਨੂੰ? ਸਵਾਲ ਇਹੀ ਹੈ ਕਿ ਜਿੱਦਾਂ ਅੱਜ ਕੱਲ੍ਹ ਸਾਰੇ ਹੁਣ ਆਮ ਆਦਮੀ ਦੇ ਲੀਡਰ ਹੈ, ਲੋਕਾਂ ਦੇ ਵਿੱਚ ਆ ਰਿਹਾ, ਜੋ ਬਣੇ ਵੀ ਨੇ MLA ਉਹ ਵੀ ਲੋਕਾਂ ਨੂੰ ਮਿਲ ਰਹੇ। ਪਹਿਲੇ ਜਿਹੜੇ ਲੀਡਰ ਸੀਗੇ ਉਹ ਲੋਕਾਂ ਦੇ ਵਿੱਚ ਆਉਂਦੇ ਹੀ ਨਹੀਂ ਸੀਗੇ, ਜਿੱਦਾਂ ਹੁਣ ਸਾਡੇ ਕੈਂਟ ਦੇ ਹਲਕੇ ਦੇ ਉਹ ਕਿਤੇ ਦੇਖੇ ਹੀ ਨਹੀਂ। ਹੁਣ ਉੱਧਰਲੇ ਪਾਸੇ ਜਿਹੜੇ ਕਈ ਵੀ ਸੜਕਾਂ ਜਾਣਾ, ਮੋਸਟਲੀ ਜਿਹੜੀ ਉੱਧਰ ਦੀ ਸੜਕਾਂ ਸਾਰੀਆਂ ਟੁੱਟੀਆਂ ਪਈਆਂ। ਉੱਥੋਂ ਦਾ ਡੰਪ ਸੀਗਾ ਜਿਹੜਾ ਗੰਦੇ ਨਾਲੇ ਵਾਲਾ ਰੋਡ ਸੀਗਾ, ਉਹ ਘੱਟੋ ਘੱਟ 5 ਤੋਂ 10-7 ਸਾਲ ਹੋ ਗਏ, ਉਹ ਹਾਲੇ ਤੱਕ ਕਲੀਅਰ ਨਹੀਂ ਹੋਇਆ ਹੈਗਾ। ਉੱਥੋਂ ਦੇ ਕਲੀਅਰ ਹੋਣ ਦੇ ਨਾਲ ਉੱਥੋਂ ਦਾ ਜਿਹੜਾ ਸਰਕਲ ਹੈ ਕਾਫੀ ਹੀ ਰਿਲੀਜ਼ ਮਿਲੂਗਾ। ਬਟ ਐਕਚੁਅਲ 'ਚ ਇਹ ਹੈ ਕਿ ਸੜਕਾਂ ਟੁੱਟੀਆਂ ਹੋਣ ਦੇ ਨਾਲ ਬਹੁਤ ਹੀ ਉੱਥੇ ਦਾ ਪਰੇਸ਼ਾਨੀ ਆਉਂਦੀ ਹੈ, ਬਹੁਤ ਜ਼ਿਆਦਾ ਆ ਰਹੀ ਉੱਥੇ। ਬਟ ਹਾਂ, ਹੁਣ ਸਰਕਾਰ ਆਉਣ ਦੇ ਨਾਲ ਕਾਫੀ ਬਦਲਾਵ ਹੋਇਆ 2 ਸਾਲਾਂ ਦੇ ਵਿੱਚ। ਉਹ ਪਾਰਟੀਆਂ ਦੇ ਲੀਡਰ ਤੁਹਾਡੇ ਕੋਲ ਆਣਗੇ ਕਿ ਉਹਨਾਂ ਨੂੰ ਸਵਾਲ ਨਹੀਂ ਕਰੋਗੇ? ਇਹ ਕੰਮ ਤਾਂ ਕੋਈ ਕੀਤਾ ਨਹੀਂ, ਫਿਰ ਵੋਟ ਕਿਉਂ? ਲੀਡਰ ਆ ਹੀ ਨਹੀਂ ਰਹੇ, ਉਹਨਾਂ ਦੇ ਲੀਡਰ ਆ ਹੀ ਨਹੀਂ ਰਹੇ, ਪਹੁੰਚ ਨਹੀਂ ਰਹੇ ਸਾਡੇ ਵਿੱਚ, ਕੋਈ ਵੀ ਨਹੀਂ ਆਇਆ ਹਜੇ ਤੱਕ। ਜੇ ਆ ਗਏ ਤਾਂ ਸਵਾਲ ਕਰੋ? ਸਵਾਲ ਕਰਾਂਗੇ ਉਹਨਾਂ ਨੂੰ, ਸਵਾਲ ਉਹਨਾਂ ਨੂੰ ਕਰਾਂਗੇ ਕਿ 9 ਸਾਲ ਹੁਣ ਤੁਸੀਂ ਆ ਗਏ ਹੋ, ਪਹਿਲੇ ਜਦੋਂ ਕੰਮ ਕਰਨ ਦਾ ਟਾਈਮ ਸੀ ਤੁਸੀਂ ਉਦੋਂ ਦੇਖੇ ਨਹੀਂ, ਕੰਮ ਕਰਨ ਦਾ ਟਾਈਮ ਹੈ, ਕੰਮ ਕਰੋ ਤੇ ਵੋਟ ਲੈ ਲਓ। ਜਿਹੜੀ ਹੁਣ ਪਾਰਟੀ 2 ਸਾਲ ਹੋ ਗਏ ਕੰਮ ਹੋ ਰਿਹਾ, ਸੋ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਵੀ ਕਰ ਰਹੇ ਹਾਂ। ਯੂਥ ਬੜਾ ਖੁਸ਼ ਹੈ, ਉਹਦੇ ਵਿੱਚ ਉਹਨਾਂ ਨੂੰ ਓਪਰਚੁਨਿਟੀਜ਼ ਮਿਲ ਰਹੀਆਂ, ਇਕੱਲੇ ਪਹਿਲੇ ਯੂਥ ਕਦੇ ਵੀ ਆਪਣੇ ਲੀਡਰ ਨੂੰ ਮਿਲੇ ਹੀ ਨਹੀਂ ਸੀਗਾ, ਹੁਣ ਉਹ ਲੀਡਰਾਂ ਨੂੰ ਆ ਕੇ ਮਿਲ ਰਹੇ ਆ। ਯੂਥ ਨੂੰ ਵੀ ਖੁਸ਼ੀ ਹੁੰਦੀ ਕਿ ਹਾਂ ਵੀ ਆਪਾਂ ਜਿਹੜਾ ਬੰਦਾ ਚੁਣਿਆ ਸਾਡੇ ਵਿੱਚ ਆ ਰਿਹਾ, ਹੁਣ ਸਾਡੀ ਵੀ ਉਹ ਸੁਣ ਰਿਹਾ, ਸੋ ਇਹ ਚੀਜ਼ ਹੈਗੀ। ਹੋਰ ਵੀ ਨੌਜਵਾਨ ਵੀਰ ਸਾਡੇ ਨਾਲ, ਕੀ ਨਾਮ ਆਪਣਾ? ਹਨੀ ਵਰਮਾ ਜੀ। ਕਿੱਥੋਂ ਦੇ ਰਹਿਣ ਵਾਲੇ? ਕਲੀ ਜਲੰਧਰ ਦੇ ਜੀ। ਕਿਹੜਾ ਏਰੀਆ ਆਪਣਾ? ਆਪਣਾ ਇੱਧਰ ਵੈਸਟ। ਲੀਡਰ ਆਣਗੇ ਵੱਖ-ਵੱਖ ਪਾਰਟੀਆਂ ਦੇ, ਕੀ ਸਵਾਲ ਕੀਤੇ ਜਾਣਗੇ? ਦੇਖੋ ਨਾ, ਵੱਖ-ਵੱਖ ਪਾਰਟੀਆਂ ਤੇ ਹੁਣ ਇਸ ਵੇਲੇ ਚੱਲ ਰਹੀਆਂ, ਇਸ ਵੇਲੇ ਜ਼ੋਰ ਚੱਲ ਰਿਹਾ ਸਿਰਫ ਆਮ ਆਦਮੀ ਪਾਰਟੀ ਦਾ, ਕਿ ਜਿਹੜੇ ਕਿ ਲੋਕਾਂ ਨੇ ਸਵਾਲ ਤੁਹਾਨੂੰ ਸੀ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਆਉਣਗੇ, ਕੀ ਸਵਾਲ ਕਰੋਗੇ ਉਹਨਾਂ ਨੂੰ? ਕਿਉਂਕਿ ਭਗਵੰਤ ਮਾਨ ਜੀ ਨੇ ਕਿਹਾ ਕਿ ਲੀਡਰ ਆਣ ਤਾਂ ਸਵਾਲ ਜ਼ਰੂਰ ਕਰੋ, ਕਿਉਂਕਿ ਆਪਣੇ ਹੱਕਾਂ ਲਈ ਜਦੋਂ ਵੋਟ ਵੀ ਆਪਾਂ ਪਾਉਂਦੇ ਹਾਂ ਤਾਂ ਸਾਡਾ ਹੱਕ ਵੀ ਬਣਦਾ ਉਹਨਾਂ ਨੂੰ ਸਵਾਲ ਕਰਨ। ਨਹੀਂ, ਸਵਾਲ ਇਹੀ ਕਰਾਂਗੇ ਕਿ ਹੁਣ ਜਿਹੜੇ ਵੀ ਲੀਡਰ ਆਣਗੇ, ਕੋਈ BJP ਦੇ ਲੀਡਰ ਨੇ, ਕੋਈ ਕਾਂਗਰਸ ਦੇ ਲੀਡਰ ਨੇ, ਪਹਿਲੇ ਤੋਂ ਲੀਡਰ ਹੈ ਹੀ ਨਹੀਂ ਨੇ, ਕਿਉਂਕਿ ਆਮ ਆਦਮੀ ਪਾਰਟੀ 'ਚ ਉੱਠ ਕੇ BJP 'ਚ ਆ ਗਏ, BJP 'ਚ ਉੱਠ ਕੇ ਕਾਂਗਰਸ 'ਚ ਆ ਗਏ, ਤਾਂ ਉਹਨਾਂ ਦੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੈ। ਹੁਣ ਜਿਹੜੇ ਬੰਦਿਆਂ ਨੇ ਕੰਮ ਕੀਤਾ ਸੀ ਤਾਂ ਉਹਨਾਂ ਪਿੱਛੇ ਤੁਰਾਂਗੇ ਨਾ, ਕਿ ਜੇ ਸਾਨੂੰ ਭਗਵੰਤ ਮਾਨ ਜੀ ਨੇ ਸਾਡੇ ਲਈ ਬਿਜਲੀ ਫ੍ਰੀ ਕਰਤੀ, ਚਲੋ ਸਾਡੇ ਲਈ ਕਿ ਗਰੀਬਾਂ ਵਾਸਤੇ ਜੋ ਜੋ ਕੀਤਾ, ਹਸਪਤਾਲ ਖੋਲ੍ਹੇ ਉਹਨਾਂ ਨੇ, ਹੈ ਨਾ, ਬੱਚਿਆਂ ਲਈ ਸਕੂਲਾਂ 'ਚ ਪੜ੍ਹਾਈ ਫ੍ਰੀ ਕਰਤੀ ਹੈ, ਇਹ ਚੀਜ਼ਾਂ ਕੀਤੀਆਂ, ਅਤੇ ਸਾਨੂੰ ਜੋ ਜੋ ਸਾਰੇ ਦੁਨੀਆ ਨੂੰ ਵਧੀਆ ਲੱਗ ਰਿਹਾ, ਸਾਨੂੰ ਅੱਛਾ ਲੱਗ ਰਿਹਾ। ਮਤਲਬ ਸਵਾਲ ਕੀਤੇ ਜਾਣਗੇ ਇਸ ਵਾਰ? ਹਾਂਜੀ ਬਿਲਕੁਲ, ਜਿਸ ਤਰ੍ਹਾਂ ਕਿ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ, ਚਾਹੇ ਕੋਈ ਵੀ ਪਾਰਟੀ ਦਾ ਲੀਡਰ ਹੋਵੇ, ਜਦੋਂ ਵੋਟ ਮੰਗਣ ਜਾਵੇਗਾ ਤੇ ਇਹ ਨੌਜਵਾਨ ਉਹਨਾਂ ਨੂੰ ਸਵਾਲ ਜ਼ਰੂਰ ਕਰਨਗੇ। ਰੂਬਲ ਜੀ ਕੋ ਫਿਰ ਇੱਕ ਵਾਰੀ ਚੱਲਦੇ, ਰੂਬਲ ਜੀ ਗੱਲਬਾਤ ਵੀ ਕੀਤੀ ਨੌਜਵਾਨਾਂ ਦੇ ਨਾਲ, ਵਾਕਈ ਬਣਦਾ ਹੈ ਜੇ ਵੋਟ ਦੇਣੀ ਹੈ ਤੇ ਸਵਾਲ ਵੀ ਤਾਂ ਬਣਦੇ ਲੀਡਰਾਂ ਨੂੰ। ਹੁਣੀ ਟੀਨੂ ਜੀ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਕਿਹਾ ਵੀ ਮੈਂ ਵੀ ਜਦੋਂ ਲੋਕਾਂ ਦੇ ਵਿੱਚ ਵਿਚਰਦਾ ਤੇ ਲੋਕ ਮੈਨੂੰ ਜ਼ਰੂਰ ਸਵਾਲ ਕਰਦੇ ਨੇ ਵੀ ਕੁਝ ਜਿਹੜੇ ਕੰਮ ਰਹਿ ਗਏ ਉਹਨਾਂ ਨੂੰ ਲੈ ਕੇ ਵੀ ਸਵਾਲ ਹੁੰਦੇ ਨਜ਼ਰ ਆ ਰਹੇ ਨੇ। ਮੈਨੂੰ ਖੁਸ਼ੀ ਹੁੰਦੀ ਹੈ ਵੀ ਇਹ ਕੰਮ
ਮੈਨੂੰ ਵੀ ਪਤਾ ਲੱਗਦਾ ਵੀ ਇਹ ਕੰਮ ਆਉਣ ਵਾਲੇ ਆ ਤੇ ਮੈਂ ਕਰਵਾਉਂਗਾ ਵੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਵੱਖ ਵੱਖ ਪਾਰਟੀਆਂ ਦੇ ਲੀਡਰ ਏ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ। ਦੇਖੋ, ਗੱਲ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਇੱਥੇ ਕੋਈ ਆ ਨਹੀਂ ਚੱਲਦਾ ਪਿਆ ਕਿ ਮੈਂ ਆਪਣੀ ਬੱਲੇ ਬੱਲੇ ਕਰਾ ਲਾਂ, ਤੂੰ ਆਪਣੀ ਬੱਲੇ ਬੱਲੇ ਕਰਾ ਲਈ। ਬੱਲੇ ਬੱਲੇ 'ਚ ਕੁਛ ਨਹੀਂ ਪਿਆ। ਬੱਲੇ ਬੱਲੇ ਵਾਲੇ ਤੁਸੀਂ ਦੇਖ ਲਏ, ਬੱਲੇ ਬੱਲੇ ਵਾਲਿਆਂ ਦੇ ਘਰਾਂ ਦੇ ਬਾਹਰ ਲੋਕਾਂ ਨੇ ਤਾਲੇ ਲਾ ਤੇ। ਅੱਜ ਬਾਦਲ ਸਾਹਿਬ ਹੋਣ, ਭਾਵੇਂ ਬੀਜੇਪੀ ਵਾਲੇ ਹੋਣ, ਭਾਵੇਂ ਜਿਹੜਾ ਕਾਂਗਰਸੀ ਹੋਣ, ਲੋਕਾਂ ਦੇ ਤਰਲੇ ਮਾਰਦੇ ਫਿਰਦੇ ਕਿ ਇੱਕ ਕਰ ਸਾਡੀ ਸਰਕਾਰ ਲਿਆ ਦਿਓ। ਕੱਲ ਪਰਸੋਂ ਮੈਂ ਡਿਬੇਟ 'ਤੇ ਗਿਆ ਸੀ, ਉੱਥੇ ਸੁਣ ਰਿਹਾ ਸੀ, ਇਹਨਾਂ ਦੇ ਨੁਮਾਇੰਦੇ ਆਏ ਸੀ ਔਰ ਨੁਮਾਇੰਦੇ ਜਿਹੜੀਆਂ ਆਪਣੀਆਂ ਗੱਲਾਂ ਕਰ ਰਹੇ ਸੀ, ਆਹ ਕੀਤਾ ਸੀ, ਉਹ ਕੀਤਾ। ਮੈਂ ਉਹਨਾਂ ਨੂੰ ਉਦੋਂ ਵੀ ਸਵਾਲ ਕੀਤਾ ਕਿ ਜੇਕਰ ਉਹਨਾਂ ਨੇ ਇੰਨਾ ਕੁਛ ਕੀਤਾ ਤਾਂ ਫਿਰ ਤੁਹਾਡੀ ਸਰਕਾਰ ਕਿਉਂ ਨਹੀਂ ਆਈ? ਫਿਰ ਤੁਸੀਂ ਆਪਦੀ ਸਰਕਾਰ ਤਾਂ ਲੈ ਕੇ ਆਉਂਦੇ, ਫਿਰ ਤੁਹਾਨੂੰ ਲੋਕ ਪਸੰਦ ਕਰਦੇ। ਮਤਲਬ ਲੋਕਾਂ ਨੇ ਜੇ ਪਸੰਦ ਨਹੀਂ ਕੀਤਾ, ਇਹਦਾ ਮਤਲਬ ਹੈ ਕਿ ਸਾਫ ਸਾਫ ਤੁਸੀਂ ਕੰਮ ਵੀ ਨਹੀਂ ਕੀਤਾ ਔਰ ਤੁਸੀਂ ਠੱਗੀਆਂ ਮਾਰੀਆਂ ਆਪਣੇ ਹੀ ਲੋਕਾਂ ਨਾਲ, ਜਿਨ੍ਹਾਂ ਨੇ ਤੁਹਾਡਾ ਇਲੈਕਸ਼ਨਾਂ 'ਚ ਮਦਦ ਕੀਤੀ, ਤੁਹਾਡੀ ਪੈਸੇ ਵੱਲੋਂ ਮਦਦ ਕੀਤੀ, ਤੁਹਾਡੇ ਨਾਲ ਤੁਰ ਕੇ ਧੁੱਪ ਨਹੀਂ ਦੇਖੀ, ਹਨੇਰੀ ਨਹੀਂ ਦੇਖੀ, ਉਹ ਤੁਹਾਡੇ ਨਾਲ ਮਦਦ ਕੀਤੀ ਔਰ ਤੁਸੀਂ ਉਹਨਾਂ ਲੋਕਾਂ ਨਾਲ ਠੱਗੀਆਂ ਮਾਰੀਆਂ। ਅੱਜ ਉਹਨਾਂ ਦੇ ਘਰਾਂ ਦੇ ਬਾਹਰ, ਉਹਨਾਂ ਦੇ ਦਫ਼ਤਰਾਂ ਦੇ ਬਾਹਰ ਅੱਜ ਉਹ ਭੀੜ ਨਹੀਂ ਲੱਗਦੀ। ਅੱਜ ਉਹ ਇਕੱਲੇ ਇਕੱਲੇ ਅੰਦਰ ਬੈਠ ਕੇ ਚਲੇ ਜਾਂਦੇ 2-4-5 ਬੰਦਿਆਂ ਨਾਲ। ਅੱਜ ਮੀਟਿੰਗਾਂ ਕਰਾਉਣ ਲਈ, ਜਿਹੜੀਆਂ ਇਲੈਕਸ਼ਨਾਂ 'ਚ ਮੀਟਿੰਗਾਂ ਹੁੰਦੀਆਂ ਨੇ ਮਹੱਲਿਆਂ ਮਹੱਲਿਆਂ ਦੀਆਂ, ਅੱਜ ਮੀਟਿੰਗਾਂ ਕਰਾਉਣ ਲਈ ਮੈਂ ਕਾਂਗਰਸੀ, ਭਾਜਪਾ ਵਾਲੇ, ਅਕਾਲੀ ਦਲ ਵਾਲੇ ਤਰਲੇ ਮਾਰਦੇ ਦੇਖੇ ਹੈ ਕਿ ਇੱਕ ਮੀਟਿੰਗ ਕਰਾ ਦਿਉ। ਮੈਂ ਇੰਨੇ ਫੋਨ ਆਪਣੇ ਯਾਰਾਂ ਦੋਸਤਾਂ ਦੇ ਲਿੰਕ 'ਚ ਸੁਣੇ ਹੈ ਕਿ ਇੱਕ ਮੀਟਿੰਗ ਸਾਡੀ ਕਰਾ ਦਿਉ ਆਪਣੇ ਮਹੱਲੇ 'ਚ, ਤਾਂ ਲੋਕ ਜੁੱਤੀਆਂ ਲੈ ਕੇ ਤਿਆਰ ਨੇ ਔਰ ਜੁੱਤੀਆਂ ਦੇ ਹਾਰ ਲੈ ਕੇ। ਖਫਾ ਬਹੁਤ ਹੈ। ਖਫਾ ਹੋਣਗੇ, ਕਿਉਂ ਨਹੀਂ ਖਫਾ ਹੋਣਗੇ? ਜਦੋਂ ਇੰਨਾ ਟਾਈਮ 75 ਸਾਲ ਇੱਕ ਪਾਰਟੀਆਂ ਨੂੰ ਦੇ ਦਿਉ, ਉਸ ਪਾਰਟੀਆਂ ਕੋਲ ਬੇਸਿਕ ਨੈਸੈਸਿਟੀ ਨਹੀਂ ਹਾਲੇ ਤੱਕ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ ਬਣ ਪਈ। ਨਾ ਤਾਂ ਸਹੀ ਸੜਕਾਂ ਦਿੱਤੀਆਂ, ਨਾ ਕਦੀ ਹੈਲਥ ਲਈ ਕੰਮ ਸੋਚਿਆ, ਨਾ ਕਦੀ ਸਕੂਲਾਂ ਲਈ, ਬੱਚਿਆਂ ਦੀ ਐਜੂਕੇਸ਼ਨ ਲਈ ਕੰਮ ਸੋਚਿਆ, ਨਾ ਘਰੇਲੂ ਜਿਹੜੀਆਂ ਸਮੱਸਿਆਵਾਂ ਹੁੰਦੀਆਂ। ਜਿੱਦਾਂ ਹੁਣ ਮਾਨ ਸਾਹਿਬ ਨੇ ਸੋਚਿਆ ਕਿ ਨਹੀਂ ਯਾਰ, ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਜਾਵੇ। ਉਹਨਾਂ ਨੇ ਜ਼ੀਰੋ ਕੀਤਾ, ਕਿਸੇ ਜਾਤ ਪਾਤ ਨੂੰ ਨਹੀਂ ਦੇਖਿਆ, ਨਹੀਂ ਦੇਖਿਆ, ਕੋਈ ਆਹ ਨਹੀਂ ਦੇਖਿਆ ਕਿ ਅਕਾਲੀ ਦਲ ਵਾਲਾ ਬੰਦਾ ਹੈ ਜਾਂ ਭਾਜਪਾ ਵਾਲਾ ਬੰਦਾ, ਇਹਦੇ ਘਰ ਦਾ ਵੀ ਜ਼ੀਰੋ ਹੋ ਜੂਗਾ। ਉਹਨੇ ਸਾਰਿਆਂ ਦੇ ਕਰਕੇ ਭਰਾ ਮਾਰਿਆ ਯਾਰ, ਇਹ ਗੱਲ ਹੈ ਨਾ। ਉਹਨਾਂ ਨੇ ਇਕੁਅਲ ਸਮਝਿਆ, ਬਰਾਬਰ ਸਮਝਿਆ। ਇਹ ਜਦੋਂ ਸਕੀਮਾਂ ਕੱਢਦੇ ਨੇ, ਇਹ ਜਾਤ ਪਾਤ ਦੇ ਰੋਲਿਆਂ 'ਤੇ ਪੈ ਜਾਂਦੇ ਨੇ ਔਰ ਜਿਹੜਾ ਵੀ ਜਾਤ ਪਾਤ ਦੀ ਰਾਜਨੀਤੀ ਹਿੰਦੁਸਤਾਨ ਦੇ ਵਿੱਚ ਕਰੇਗਾ। ਜਵਾਬ ਦਿਓ, ਅੱਜ ਕੱਲ੍ਹ ਦੀ ਸਿਆਸਤ ਜਿਹੜੀ ਹੈ, ਤੁਸੀਂ ਵੀ ਹੁਣੀ ਗੱਲ ਕੀਤੀ ਕਿ ਮੁੱਦਿਆਂ ਦੀ ਸਿਆਸਤ ਹੋਣੀ ਚਾਹੀਦੀ, ਪਰ ਹੋਰ ਹੀ ਗੱਲਾਂ ਵੱਲ ਲੀਡਰ ਤੁਰੇ ਆ, ਕੁਝ ਪਰਸਨਲੀ ਅਟੈਕ ਕਰਨੇ ਸ਼ੁਰੂ ਕਰ ਦਿੰਦੇ। ਲੱਗਦਾ ਨਹੀਂ ਕਿ ਉਸ ਦੇ ਨਾਲ ਆਮ ਜਨਤਾ ਨੂੰ ਕੀ ਫਾਇਦਾ ਹੋਵੇਗਾ? ਦੇਖੋ, ਅੱਜ ਮੈਂ ਕਿਸੇ ਲੀਡਰ ਬਾਰੇ ਗੱਲ ਕਰ ਲਾਂ, ਕਿਸੇ ਬਾਰੇ ਵੀ ਗੱਲ ਕਰ ਲਾਂ, ਅੱਜ ਜਨਤਾ 2 ਮਿੰਟ ਲਈ ਇਹ ਵੀਡੀਓ ਵੇਖ ਜ਼ਰੂਰ ਲਊਗੀ, ਪਰ ਉਹਨਾਂ ਨੂੰ ਪਸੰਦ ਨਹੀਂ ਸਾਨੂੰ ਕਰੂਗੀ। ਮੈਂ ਤਾਂ ਹੀ ਅੱਜ ਡੇਟ 'ਚ ਮੁੱਦਿਆਂ 'ਤੇ ਗੱਲ ਕਰ ਰਿਹਾ ਕਿ ਮੁੱਦਿਆਂ 'ਤੇ ਗੱਲ ਕਰਨੀ ਚਾਹੀਦੀ ਹੈ। ਅੱਜ ਉਹਨਾਂ ਨੂੰ ਨਕਾਰਿਆ ਹੀ ਤਾਂ ਹੈ ਕਿਉਂਕਿ ਉਹ ਮੁੱਦਿਆਂ ਨੂੰ ਛੇੜ ਕੇ ਬਾਕੀ ਪਾਸੇ ਤੁਰੇ ਹੋਏ ਨੇ ਕਿ ਇੱਕ ਇਹਦੀ ਲੱਤ ਖਿੱਚ ਲਈ, ਉਹਦੀ ਲੱਤ ਖਿੱਚ ਲਈ, ਮੈਂ ਉਹਨੂੰ ਜਿਹੜਾ ਆਪਣੇ ਲੀਡਰ ਨੂੰ ਖੁਸ਼ ਕਰਕੇ ਥੋੜ੍ਹਾ ਜਿਹਾ ਉੱਤੇ ਚਲ ਜਾਂ। ਸਾਡੇ ਇੱਥੇ ਜਿਹੜੇ ਵਰਕਰ ਨੇ ਜਾਂ ਜਿਹੜੇ ਅਹੁਦੇਦਾਰ ਨੇ, ਇਹ ਜ਼ਮੀਨਾਂ ਨਾਲ ਜੁੜੇ ਹੋਏ ਵਰਕਰ ਅਤੇ ਅਹੁਦੇਦਾਰ ਨੇ। ਤੁਸੀਂ ਦੇਖਦੇ ਹੋਵੋਗੇ ਸਿਰਫ ਆਮ ਆਦਮੀ ਪਾਰਟੀ ਇਹੋ ਜਿਹੇ ਵਰਕਰ ਨੇ, ਜੇਬ 'ਚ ਰੁਪਈਆ ਨਹੀਂ ਹੁੰਦਾ, ਪਰ ਆਪਣੇ ਕੰਮ ਜਿਹੜੇ ਪੂਰੀ ਸ਼ਿੱਦਤ ਦੇ ਨਾਲ, ਮਾਨ ਸਾਹਿਬ ਦੀ ਸੋਚ ਦੇ ਨਾਲ ਜੁੜੇ ਹੋਏ ਲੋਕ ਨੇ, ਅਤੇ ਭਾਵੇਂ ਧੁੱਪ ਆਵੇ, ਹਨੇਰੀ ਆਵੇ, ਉਹ ਵਧੀਆ ਤਰੀਕੇ ਨਾਲ ਆਪਦੇ ਕੰਮ ਕਰਦੇ ਨੇ। ਸੋ ਇਹ ਜਿਹੜਾ ਇਸੇ ਤਰੀਕੇ ਦੇ ਨਾਲ ਅਸੀਂ ਅਗਾਂਹ ਵੀ ਕੰਮ ਕਰਾਂਗੇ ਜਨਤਾ ਦੇ ਵਿੱਚ। 2 ਸਾਲ 'ਚ ਅਸੀਂ ਬੜੇ ਅਜਿਹੇ ਕੰਮ ਕੀਤੇ ਆ ਜਿਹੜੇ ਅੱਗੇ ਜਾ ਕੇ, 3 ਸਾਲ ਹਾਲੇ ਸਾਡੇ ਕੋਲ ਹੋਰ ਹੈ,
ਜਿਹੜੀਆਂ ਗੱਲਾਂ ਲੋਕ ਜਾਂ ਦੂਜੀਆਂ ਪਾਰਟੀਆਂ ਕਰਦੀਆਂ ਨੇ ਜਾਂ ਉਹਨਾਂ ਆਪਣੇ ਸਪੋਰਟਰਾਂ ਤੋਂ ਕਰਵਾਉਂਦੀਆਂ ਨੇ ਕਿ ਇਹ ਗਰੰਟੀ ਨਹੀਂ ਪੂਰੀ ਹੋਈ, ਉਹ ਗਰੰਟੀ ਨਹੀਂ ਪੂਰੀ ਹੋਈ, ਅਸੀਂ ਲੋਕਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ। ਜਿਹੜੇ 2 ਸਾਲ ਦੇ ਵਿੱਚ, ਵੈਸੇ ਤਾਂ ਮਾਨ ਸਾਹਿਬ ਨੇ ਮੈਨੀਫੈਸਟੋ 'ਚ ਕਈ ਚੀਜ਼ਾਂ ਨਹੀਂ ਲਿਖੀਆਂ ਸੀਗੀਆਂ, ਪਰ ਫਿਰ ਵੀ ਜਿਹੜਾ ਮਾਨ ਸਾਹਿਬ ਨੇ ਉਹ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ। ਆਪਾਂ ਆਉਣ ਵਾਲੇ ਸਮੇਂ 'ਚ ਜਿਹੜਾ 3 ਸਾਲ ਸਾਡੇ ਕੋਲ ਬਚੇ ਹੈ, 5 ਗਰੰਟੀਆਂ ਇਹੋ ਜਿਹੀਆਂ ਸੀ ਜਿਹੋ 4 ਪੂਰੀਆਂ ਕਰਤੀਆਂ, ਸਿਰਫ 1 ਗਰੰਟੀ ਇਹੋ ਜਿਹੀ ਹੈ ਜਿਹੜਾ 1,000 ਰੁਪਏ ਦਾ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਦੂਜੀਆਂ ਰਵਾਇਤੀ ਪਾਰਟੀਆਂ ਰੌਲਾ ਪਾਉਂਦੀਆਂ ਨੇ, ਆਪਾਂ ਉਹ ਵੀ ਜਿਹੜਾ ਜਲਦ ਤੋਂ ਜਲਦ ਸ਼ੁਰੂ ਕਰਾਂਗੇ। ਕਿਉਂਕਿ ਮਾਨ ਸਾਹਿਬ ਦੀ ਇੱਕ ਸੋਚ ਹੈ, ਉਹ ਸੋਚ ਹੈ ਕਿ ਜਿਹੜੀ ਸਕੀਮ ਸ਼ੁਰੂ ਕਰਨੀ ਹੈ ਉਹ ਬੰਦ ਨਹੀਂ ਹੋਣੀ ਚਾਹੀਦੀ। ਕਰ ਸਕਦੇ ਸੀ ਉਹ 2 ਮਹੀਨੇ ਪਹਿਲੇ 1,000 ਰੁਪਏ ਬੀਬੀਆਂ ਭੈਣਾਂ ਨੂੰ ਦੇ ਕੇ, ਅੱਜ ਅਸੀਂ ਵੋਟਾਂ ਖਰੀਦ ਲੈਂਦੇ, ਵੋਟਾਂ ਲੈ ਲੈਂਦੇ ਸਾਰੀਆਂ, ਮੁੜ ਕੇ ਫਿਰ ਬੰਦ ਕਰ ਦਿੰਦੇ। ਪਰ ਮਾਨ ਸਾਹਿਬ ਦੀ ਸਾਫ਼ ਸੋਚ, ਸਾਫ਼ ਨੀਤੀ, ਅੱਛੀ ਸੋਚ, ਜਿਹੜਾ ਉਹਨਾਂ ਨੇ ਸਾਫ਼ ਕੈਮਰੇ ਮੁਹਰੇ ਆ ਕੇ ਕਿਹਾ ਕਿ ਜਿਹੜੀ ਮੈਂ ਸਕੀਮ ਸ਼ੁਰੂ ਕਰੂੰਗਾ ਬੰਦ ਨਹੀਂ ਹੋਊਗੀ। ਜਿੱਦਾਂ ਬਿਜਲੀ ਦੇ ਆਪਾਂ ਬਿੱਲ 0 ਕੀਤੇ ਹੈ, ਉਸੇ ਤਰੀਕੇ ਦੇ ਨਾਲ 1,000 ਰੁਪਏ ਆਉਣਾ ਸ਼ੁਰੂ ਹੋਇਆ ਔਰ ਰਹਿੰਦੇ ਟਾਈਮ ਤੱਕ ਜਿਹੜਾ ਰਹੂਗਾ। ਔਰ ਇਹ ਵੀ ਤੁਸੀਂ ਯਾਦ ਰੱਖਿਓ ਕਿ ਇਹਨਾਂ ਨੇ ਤਰਲੇ ਮਾਰਦੇ ਰਹਿਣਾ, ਇਹਨਾਂ ਦੀ ਸਰਕਾਰਾਂ ਕਦੇ ਵਾਪਸ ਨਹੀਂ ਆਉਣੀਆਂ ਪੰਜਾਬ ਦੇ ਵਿੱਚ। ਬਿਲਕੁਲ, ਜਿਸ ਤਰ੍ਹਾਂ ਕਿ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ, ਉੱਥੇ ਲੋਕਾਂ ਦਾ, ਨੌਜਵਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਲੀਡਰ ਆਵੇ ਉਹਨਾਂ ਨੂੰ ਇਸ ਵਾਰ ਸਵਾਲ ਜਿਹੜੇ ਜ਼ਰੂਰ ਕੀਤੇ ਜਾਣਗੇ। ਕੈਮਰਾਮੈਨ ਰੇਸ਼ੋ ਦੇ ਨਾਲ ਮਨਵੀਰ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।